हां ता प्यारे बच्चे सारेनु प्यार भरी सस् नमस्कार हां बेटा ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਿਆ ਆ ਉਹਦੇ ਵਿੱਚ ਬੇਟਾ ਸਾਲ 2024 ਚ ਹੁਣ ਜਿਹੜਾ ਲਾਸਟ ਪੇਪਰ ਹੋਇਆ ਸੀ ਦਾਖਲਾ ਪ੍ਰੀਖਿਆ ਦੇ ਲਈ ਉਹਦੇ ਮੈਂਟਲ ਅਬਿਲਟੀ ਵਾਲਾ ਪੋਰਸ਼ਨ ਸ਼ੁਰੂ ਕੀਤਾ ਸੀ ਪਹਿਲੇ ਚਾਰ ਸਵਾਲ ਕਰ ਲਏ ਸੀਗੇ ਤੁਹਾਨੂੰ ਦੱਸਿਆ ਸੀ ਚਾਰ-ਚਾਰ ਸਵਾਲਾਂ ਦਾ ਸੈੱਟ ਹੈਗਾ ਹੈ ਹੁਣ ਆਪਾਂ ਦੂਜਾ ਸੈੱਟ ਸ਼ੁਰੂ ਕਰਨ ਜਾ ਰਹੇ ਹਾਂ ਬੇਟਾ ਇਹਦੇ ਇਹਦੇ ਵਿੱਚ ਪਹਿਲਾਂ ਹਰ ਸੈੱਟ ਦੇ ਵਿੱਚ ਦਿਸ਼ਾ ਨਿਰਦੇਸ਼ ਹੁੰਦੇ ਇਹਨੂੰ ਪੜਾਂਗੇ ਕਹਿੰਦਾ ਪ੍ਰਸ਼ਨ ਸੰਖਿਆ 5 ਤੋਂ 8 ਵਿੱਚ ਕੱਬੇ ਪਾਸੇ ਇੱਕ ਪ੍ਰਸ਼ਨ ਚਿੱਤਰ ਦਿੱਤਾ ਗਿਆ ਹੈ ਅਤੇ ਸੱਜੇ ਪਾਸੇ A B C ਅਤੇ D ਤੋਂ ਚਿੰਨਿਤ ਚਾਰ ਉੱਤਰ ਦਿੱਤੇ ਗਏ ਹਨ ਉੱਤਰ ਚਿੱਤਰਾਂ ਵਿੱਚ ਪ੍ਰਸ਼ਨ ਚਿੱਤਰ ਦੇ ਸਮਰੂਪ ਚਿੱਤਰ ਨੂੰ ਚੁਣੋ ਤੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਤਾਂ ਬੇਟਾ ਇਹ ਉੱਤੇ ਇਹਨੇ ਦੇ ਦਿੱਤਾ ਤੁਹਾਨੂੰ ਦੱਸਿਆ ਸੀ ਚਾਰ-ਚਾਰ ਸਵਾਲਾਂ ਦੇ ਸੈੱਟ ਦਿੱਤੇ ਹੋਏ ਆ ਇਹਨਾਂ ਨੇ ਤੇ ਕੀ ਕਹਿੰਦਾ ਪਿਆ ਕਹਿੰਦਾ ਵੀ ਆਹ ਪ੍ਰਸ਼ਨ ਚਿੱਤਰ ਦਿੱਤਾ ਹੋਇਆ ਹੈ ਆ ਚਾਰ ਅਲੱਗ-ਅਲੱਗ ਚਿੱਤਰ ਦਿੱਤੇ ਆ ਇਹਦੇ ਸਮਰੂਪ ਚਿੱਤਰ ਆ ਜਿਹੜਾ ਅਸੀਂ ਚੁਣਨਾ ਹੈ ਤੁਹਾਨੂੰ ਦੱਸਿਆ ਸੀ ਵੀ ਇਹ 40 ਨੰਬਰ ਦਾ ਪੇਪਰ ਬੇਟਾ ਆਉਣਾ ਇਹ ਸਭ ਤੋਂ ਸੌਖਾ ਪੋਰਸ਼ਨ ਕਹਿ ਸਕਦੇ ਜੇਕਰ ਤੁਹਾਡੇ ਸਮਝ ਦੇ ਵਿੱਚ ਆ ਜੇ ਗੱਲ ਕੁਝ ਵੀ ਇਹਦੇ ਵਿੱਚ ਔਖਾ ਨਹੀਂ ਤਾਂ ਅਸੀਂ ਪਹਿਲਾਂ ਐਸ ਚਿੱਤਰ ਨੂੰ ਬੇਟਾ ਧਿਆਨ ਦੇ ਨਾਲ ਦੇਖਦੇ ਆ ਤਾਂ ਆਹ ਦੇਖੋ ਬੇਟਾ ਆਹਾ ਇਹਦੇ ਵਿੱਚ ਆਇਆ ਵਰਗ ਦੇ ਵਿੱਚ ਵਰਗ ਬਣਿਆ ਇਹਦੇ ਵਿੱਚ ਡਾਇਗਨਲ ਕਰਾਸ ਲੱਗਿਆ ਹੋਇਆ ਜਮਾ ਦਾ ਸਾਈਨ ਤੇ ਇੱਥੇ ਇਹਨੇ ਆਹਾ ਕੋਣ ਬਣਾ ਕੇ ਸ਼ੋ ਕੀਤਾ ਹੈ ਅਸੀਂ ਬਿਲਕੁਲ ਇਹਦੇ ਨਾਲ ਦਾ ਚਿੱਤਰ ਦੇਖਣਾ ਕਿਹੜਾ ਬਣਦਾ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ ਆਹਾ ਚਿੱਤਰ ਹੈ ਜਿਹੜਾ ਬਿਲਕੁਲ ਇਹਦੇ ਨਾਲ ਦਾ ਬਣਦਾ ਪਿਆ B ਇਸ ਕਰਕੇ B ਚਿੱਤਰ ਨੂੰ ਐਜ਼ ਏ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਤੋ ਬੇਟਾ ਹੁਣ ਆਪਾਂ ਚੱਲਦੇ ਆਂ ਇਹਦੇ ਸਵਾਲ ਨੰਬਰ 6 ਦੇ ਉੱਤੇ ਠੀਕ ਹੈ 6 ਨੰਬਰ ਸਵਾਲ ਦੇ ਵਿੱਚ ਵੀ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆਹਾ ਇੱਕ ਚਿੱਤਰ ਬਣਿਆ ਆ ਐਰੋ ਬਣਿਆ ਹੋਇਆ ਠੀਕ ਹੈ ਤੇ ਇਧਰਲੇ ਪਾਸੇ ਐਰੋ ਦੀ ਐਰੋ ਦੀ ਬੈਕ ਸਾਈਡ ਬਣੀ ਹੋਈ ਹੈ ਇੱਕ ਤਰ੍ਹਾਂ ਦੇ ਨਾਲ ਤੇ ਅਸੀਂ ਧਿਆਨ ਦੇ ਨਾਲ ਇਹਦੇ ਵਰਗਾ ਹੀ ਚਿੱਤਰ ਲੱਭਣਾ ਇਹਦੇ ਵਿੱਚੋਂ ਜਦੋਂ ਅਸੀਂ ਇਹਨਾਂ ਨੂੰ ਧਿਆਨ ਨਾਲ ਇੱਧਰ ਦੋਵੇਂ ਪਾਸੇ ਐਰੋ ਹੋਗੇ ਆ ਇੱਧਰ ਵੀ ਦੋਵੇਂ ਪਾਸੇ ਐਰੋ ਇਹ ਨਹੀਂ ਬਣਦਾ ਆ ਵੀ ਦੋਵੇਂ ਪਾਸੇ ਐਰੋ ਐਸ ਚਿੱਤਰ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਬਿਲਕੁਲ ਇਹ ਦੇ ਸਮਰੂਪ ਚਿੱਤਰ ਬਣਦਾ ਪਿਆ ਬਸ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਣਾ ਹੈ ਠੀਕ ਹੈ ਬੇਟਾ ਨੈਕਸਟ ਬੇਟਾ ਆ ਗਿਆ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਵੀ ਬੇਟਾ ਆਹਾ ਇੱਕ ਚਿੱਤਰ ਬਣਿਆ ਹੋਇਆ ਹੈ ਅਸੀਂ ਬਿਲਕੁਲ ਇਹਦੇ ਸਮਰੂਪ ਚਿੱਤਰ ਲੱਭਣਾ ਹੈ ਜਦੋਂ ਅਸੀਂ ਬੇਟਾ ਧਿਆਨ ਨਾਲ ਦੇਖਦੇ ਆ ਸਮਰੂਪ ਨਹੀਂ ਇੱਥੇ ਡੰਡੀ ਵਜ੍ਹੀ ਹੋਈ ਆ ਆ ਵੀ ਸਮਰੂਪ ਨਹੀਂ ਇਹਦੇ ਬਰਾਬਰ ਨਹੀਂ ਆ ਵਿੱਚ ਡਾਰਕ ਕੀਤਾ ਹੋਇਆ ਤਾਂ ਆ ਚਿੱਤਰ ਨੂੰ ਧਿਆਨ ਨਾਲ ਦੇਖੋ ਆ ਚਿੱਤਰ ਬਿਲਕੁਲ ਇਹਦੇ ਸਮਰੂਪ ਹੈਗਾ ਬਸ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਧਿਆਨ ਦੇ ਨਾਲ ਦੇਖਣਾ ਸੀ ਆ ਚਿੱਤਰ ਨੂੰ ਧਿਆਨ ਦੇ ਨਾਲ ਅਬਜ਼ਰਵ ਕਰ ਲੈਣਾ ਬੇਟਾ ਤਾਂ ਆ ਤਾਂ ਚਿੱਤਰੇ ਦੇ ਬਰਾਬਰ ਨਹੀਂ ਹੈਗਾ ਆ ਧਿਆਨ ਦੇ ਨਾਲ ਦੇਖੋ ਤੁਸੀਂ ਹਾਂ ਆਹ ਚਿੱਤਰ ਜਿਹੜਾ B ਚਿੱਤਰ ਹੈ ਇਹਦੇ ਬਿਲਕੁਲ ਸਮਰੂਪ ਚਿੱਤਰ ਬਣਦਾ ਪਿਆ ਹੈ B ਚਿੱਤਰ ਨੂੰ ਅਸੀਂ ਐਜ਼ ਏ ਰਾਈਟ ਆਨਸਰ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਦੂਜਾ ਸੈੱਟ ਹੈ ਜਿਹੜਾ ਸਾਡਾ ਕੰਪਲੀਟ ਹੋ ਗਿਆ ਮੇਰਾ ਖਿਆਲ ਲੱਗਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਇੰਨਾ ਸਵਾਲਾਂ ਦੇ ਵਿੱਚ ਜ਼ਿਆਦਾ ਔਖਾ ਕੋਈ ਵੀ ਕੰਮ ਨਹੀਂ ਹੈਗਾ ਇਹ ਜਿਵੇਂ ਜਿਵੇਂ ਤੁਸੀਂ ਅਭਿਆਸ ਕਰਦੇ ਜਾਓਗੇ ਓਵੇਂ ਓਵੇਂ ਬੇਟਾ ਤੁਹਾਡਾ ਵਿਸ਼ਵਾਸ ਵਧਦਾ ਜਾਊਗਾ ਇਹ ਤੁਹਾਨੂੰ ਪੱਕਾ ਪੇਪਰ ਸਾਲ 2024 ਦੇ ਵਿੱਚ ਜਿਹੜਾ ਆਇਆ ਉਹਦੇ ਵਿੱਚੋਂ ਸਵਾਲ ਕਰਵਾਏਗੇ ਮੇਰਾ ਖਿਆਲ ਹੈ ਥੋੜੇ ਜੇ ਸਮੇਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਗਿਆ ਇਹਦੇ ਵਿੱਚ ਕੁਝ ਵੀ ਜ਼ਿਆਦਾ ਔਖਾ ਨਹੀਂ ਹੁੰਦਾ ਤੇ ਮਹਾਤਮਾ ਬੁੱਧ ਕਹਿੰਦੇ ਆ ਬੂੰਦ-ਬੂੰਦ ਦੇ ਨਾਲ ਜੱਗ ਭਰ ਜਾਂਦਾ ਹੈ ਸੋ ਬੇਟਾ ਤੁਸੀਂ ਥੋੜੇ-ਥੋੜੇ ਸਵਾਲਾਂ ਦੀ ਰੋਜ਼ ਤਿਆਰੀ ਕਰਦੇ ਰਹੋਗੇ ਤਾਂ ਤੁਹਾਡੀ ਤਿਆਰੀ ਬਹੁਤ ਜ਼ਿਆਦਾ ਹੋ ਜੂਗੀ ਕੱਲਾ ਨਵੋਦਿਆ ਪੇਪਰ ਲਈ ਨਹੀਂ ਅੱਗੇ ਵੀ ਜੀਵਨ ਦੇ ਵਿੱਚ ਇਹ ਤਿਆਰੀ ਤੁਹਾਡੇ ਕੰਮ ਆਊਗੀ ਸੋ ਤੁਸੀਂ ਜੋ ਪਿਆਰੇ-ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ